है ता प्रात थोड़ा कैंट लड़ाईयां लड़ाईयां ता बहुत लड़ीयां हैं ने झूठ बोलता है बहुत चलांगरी सी है जिन्नी अभी लड़ाईयां लड़ीयां रहते साढ़े नाल ही लड़ीयां तू आप नहीं अंदा चलांदा ही दिया गल्ला तो दुश्मन गाजर गोभियां वांग वड़ते कदे कहिंदा है चटरियां गुर रगड़ते ਇਹ ਜਿਹੀਆਂ ਕਿਹੜੀਆਂ ਲੜਾਈਆਂ ਲੜਦਾ ਰਿਹਾ ਹੈ ਜਿਹੜੀਆਂ ਰਸੋਈ ਤੋਂ ਬਾਹਰ ਨਿਕਲੀਆਂ ਤਾਇਆ ਨਿਆਣੇ ਤਾਂ ਲੜਦੇ ਰਹਿੰਦੇ ਐਡੀ ਕਿਹੜੀ ਗੋਲੀ ਚੱਲ ਗਈ ਗੋਲੀਆਂ ਚੱਲੀਆਂ ਇਹੀ ਤਾਂ ਦੱਸਣਾ ਮੈਂ ਆਪ ਚਲਾਉਂਦਾ ਰਿਹਾ ਬਾਰਡਰ ਤੇ ਨਾ ਤੁਹਾਡਾ ਤਾਇਆ ਸ਼ਹੀਦ ਹੋ ਜਾਂਦਾ ਫੇਰ ਹੀ ਮੰਨਣਾ ਸੀ ਵੀ ਜੰਗ 'ਚ ਗਿਆ ਸੀ ਆ ਤੁਹਾਡਾ ਕੱਲ੍ਹ ਦਾ ਜਵਾਕ ਮੈਨੂੰ ਲਾਂਗਰੀ 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 ਕਰਦਾ ਫਿਰਦਾ ਚੰਗਾ ਅਸੀਂ ਆਪਣੇ ਜਵਾਕ ਨੂੰ ਸਮਝਾ ਲੈਂਦੇ ਹਾਂ ਤੂੰ ਆਪਣਾ ਮਨ ਸਮਝਾ ਲਾਂਗਰੀ ਹੋਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਝੂਠ ਬੋਲਣਾ ਮਾੜੀ ਗੱਲ ਹੈ ਅਕੇ ਮੈਂ ਟੈਂਕ ਚ ਲੈਂਦਾ ਰਿਹਾ ਛੀ ਆ ਮੇਰੀ ਸੋਹਣਾ ਗੱਲ ਤੈਨੂੰ ਵੱਡੇ ਬਾਬੇ ਦੀ ਸੌ ਤੂੰ ਟੈਂਕ ਦੇ ਨਾਲ ਮੇਰੀ ਐਂ ਕਰਕੇ ਖੜੇ ਦੀ ਫੋਟੋ ਵੇਖੀ ਆ ਕਿ ਨਹੀਂ ਦੇਖੀ ਐ ਤੇ ਹੋਰ ਟੈਂਕ ਤੇ ਮੈਂ ਟਿੰਡੇ ਲੈਣ ਜਾਂਦਾ ਸੀ ਗੋਲੇ ਦਾਗਦਾ ਰਿਹਾ ਮੈਂ ਤਾਇਆ ਐ ਤਾਂ ਜਹਾਜ਼ ਨਾਲ ਮੈਂ ਫੋਟੋ ਕਰਾਈਏ ਚੰਡੀਗੜ੍ਹ ਹੁਣ ਇਹਦਾ ਮਤਲਬ ਮੈਂ ਜਹਾਜ਼ ਚਲਾਉਣਾ ਉਹ ਗੱਲ ਸੁਣੋ ਮੇਰੀ ਓਏ ਆਪਣੇ ਜਵਾਕ ਸਮਝਾਲਾ ਵਾ ਮੈਂ ਲਸਣ ਵਾਂਗੂ ਛੇਲ ਦੇਣੀ ਆ ਆਈ ਨਾ ਸੱਚੀ ਗੱਲ ਜ਼ੁਬਾਨ ਤੇ ਅਖੇ ਲਸਣ ਵਾਂਗੂ ਛਿਲ ਕੇ ਰੱਖ ਦੇਣੇ ਐ ਓਏ ਉਹ ਮੇਰੇ ਕੋਲ ਗਾਟਾ ਨਾਲ ਲਵਾ ਲਈਓ ਬੁੜਿਓ ਤੈਨੂੰ ਮੈਂ ਦੱਸਾਂ ਤੂੰ ਬੜਾ 16 ਸਾਲ ਦਾ ਹੈ ਜਿਹੜਾ ਮੈਨੂੰ ਬੁੜਾ ਆਖ ਰਿਹਾ ਹੈ ਓਏ ਬਲੱਡੀ ਫੂਲ ਆਈ ਵਿਲ ਕਿਲ ਯੂ ਕਿੱਲੀ ਜਾ ਮੈਨੂੰ ਨਹੀਂ ਪਰਵਾਹ ਤੇਰੇ ਕਿੱਲਣ ਦੀ ਸਟਾਪ ਸਟਾਪ ਹੁਣ ਸੁਣੀ ਅੰਗਰੇਜ਼ੀ ਮੇਰੀ ਨੂੰ ਦੀ ਐਂਡ 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 ਸਟਾਪ ਸਟਾਪ ਬਸ ਦੋ ਲਫ਼ਜ਼ਾਂ 'ਚ ਅੰਗਰੇਜ਼ੀ ਦਾ ਕੋਟਾ ਮੁੱਕ ਜਾਂਦਾ ਹੈ ਤੇਰਾ ਅੱਗੇ ਵੀ ਕੁਛ ਬੋਲ ਅਗਲਾ ਇੰਨਾ ਕੁਛ ਬੋਲ ਗਿਆ ਹੈ ਓਏ ਤੂੰ ਪੰਜਾਬੀ ਜੀ ਆ ਓਏ ਅਨਪੜਾ ਓਏ ਪੰਜਾਬੀ ਚ ਤੂੰ ਜਦੋਂ ਮਰਜੀ ਜਿੱਥੇ ਮਰਜੀ ਆ ਜੀ ਰੱਖਿਆ ਕਰਕੇ ਆਉਣਾ ਆਇਆ ਤਾਂ ਖੜਾ ਯੋ ਕਰ ਲੋ ਬਾਲਿਆ ਮੇਰੇ ਯਾਰ ਕੱਢ ਗਾਲ ਫੇਰ ਨਹੀਂ ਚੱਲ ਤੂੰ ਕੱਢ ਗਾਲ ਤੂੰ ਵੱਡਾ ਤੂੰ ਪਹਿਲਾਂ ਕੱਢ ਗਾਲ ਓਏ ਕਿਆ ਕਲੇਸ਼ ਪਾਲਿਆ ਥਾ ਮੈਂ ਓਏ ਸਿਕਿਉਰਿਟੀ ਗਾਰਡ ਆ ਤੂੰ ਅੱਜ ਵਿੱਚ ਨਾ ਬੋਲੀ ਤੈਨੂੰ ਮੈਂ ਦੱਸ ਦਿਆਂ ਅੱਜ ਘਰੇਲੂ ਦੁਸ਼ਮਣ ਤੇ ਗੋਲੀ ਚੱਲੇਗੀ ਮੇਰੀ ਬਾਤ ਸੁਣੋ ਫੌਜੀ ਸਾਹਿਬ ਉਹ ਤੂੰ ਛੱਡ ਯਾਰ ਮੈਨੇ ਕੋਈ ਬਾਤ ਤੋਂ ਸੁਣੋ ਤੂੰ ਛੱਡ ਮੇਰੇ ਕੋਈ ਯਾਰ ਛੱਡਦੇ ਹੀ ਨੂੰ ਵੱਡੇ ਸਾਹ ਨੂੰ ਦੇਖ ਲੈਂਦਾ ਮੈਂ ਵੀ ਇਹਨੂੰ ਟੱਕੇ ਟੱਕੇ ਕੇ ਬੰਦੇ ਬਕਵਾਸ ਤੂੰ ਤਾਂ ਬੜਾ ਲਾਲ ਸਾਹਿਬ ਹੈ ਉਹ ਜਾ ਦਫਾ ਹੋ ਤੂੰ ਇੰਨਾ ਪਿਆਰ ਤਾਂ ਗੋਰਿਆਂ ਨੂੰ ਨਹੀਂ ਆਪਣੀ ਮਾਂ ਬੋਲੀ ਨਾਲ ਹੋਣਾ ਜਿੰਨਾ ਸਾਡੀ ਨੂੰਹ ਨੂੰ ਹੈ ਅੰਗਰੇਜ਼ੀ ਨਾਲ ਲੈ ਆ ਗਿਆ ਸਕੂਲ ਦਾ ਪਤਾ ਕਰਕੇ ਪਾਪਾ ਜੀ ਆ ਕੀ ਕਰੀ ਜਾਂਦੇ ਹੋ ਉਹ ਜਦੋਂ ਦਿਸਦਾ ਹੀ ਹੈ ਬਈ ਪਿਆਜ ਚੀਰ ਰਿਹਾ ਹੈ ਫਿਰ ਮੇਰੇ ਮੂੰਹੋਂ ਕਹਾ ਕੇ ਜ਼ਰੂਰ ਗੁਆਂਢੀਆਂ ਨੂੰ ਸੁਣਾਉਣਾ ਰੂਸੀ ਬੈਠੀ ਹੈ ਕੋਠੇ ਤੇ ਰਾਤ ਦੀ ਰੋਟੀ ਦਾ ਹੀਲਾ ਕਰ ਰਿਹਾ ਹੈ ਉਹ ਮੈਂ ਕਰਿਆ ਜੋਤੀ ਮਾਡਲ ਸਕੂਲ ਪਤਾ ਹੋ ਜੂ ਆਪਣੇ ਅਮਨ ਦਾ ਦਾਖਲਾ ਹਜ਼ਾਰ ਰੁਪਇਆ ਫੀਸ ਆ ਹਜ਼ਾਰ ਆਹੋ ਫਿਰ ਰਹਿਣ ਦੇ ਰੂਸੀ ਰੋਟੀ ਮੈਂ ਆਪ ਪਕਾ ਲਿਆ ਕਰੂੰਗਾ ਮੈਂ ਨਹੀਂ ਆਪਦੇ ਪੁੱਤ ਨੂੰ ਜੋਤੀ ਇੰਗਲਿਸ਼ ਮੀਡੀਅਮ ਸਕੂਲ ਚ ਪਾਉਣਾ ਉੱਥੇ ਦੀ ਇੰਗਲਿਸ਼ ਵੀ ਮੀਡੀਅਮ ਜੀ ਆ ਇਹ ਤਾਂ ਸਾਰਾ ਕੁਝ ਪਤਾ ਕਰੀ ਬੈਠੀ ਆ ਜਿਸ ਸਕੂਲ ਚ ਰੀਠਾ ਵੀਰ ਜੀ ਸਿਕਿਉਰਿਟੀ ਗਾਰਡ ਲੱਗਿਆ ਮੈਂ ਉਸ ਸਕੂਲ ਚ ਪਾਉਣਾ ਮੈਨੂੰ ਰੀਠੇ ਵੀਰ ਜੀ ਵਾਲੇ ਚ ਪਾਉਣਾ ਖੜਨ ਨਹੀਂ ਦੇਣਾ ਉੱਥੇ ਆਪਾਂ ਨੂੰ ਮਾਤੜਾਂ ਨੂੰ ਅਗਲੇ ਨੇ ਗੇਟ ਤੇ ਅਫਸਰਾਂ ਦੇ ਨਿਆਣੇ ਪੜਦੇ ਆ ਉੱਥੇ ਇਹਦਾ ਮਤਲਬ ਸਾਡਾ ਅਮਨ ਕਦੇ ਅਫਸਰ ਨਹੀਂ ਬਣੂਗਾ ਗਾਂ ਉਹਦੇ ਜਵਾਕ ਨਹੀਂ ਬਣਨਗੇ ਗੇਟ ਤੇ ਹੀ ਖੜੇ ਰਹਿ ਜਾਣਗੇ ਹਾਏ ਹਾਏ ਸੋਚ ਸੋਚ ਕੇ ਮੈਨੂੰ ਤਾਂ ਕੁਝ ਹੋ ਹੀ ਜਾਂਦਾ ਮੈਂ ਕੁਝ ਕਰ ਲੈਣਾ ਅੱਜ ਹਾਏ ਰੱਬਾ ਪਾਪਾ ਜੀ ਜੇ ਇਹਨੇ ਕੋਠੇ ਤੋਂ ਛਾਲ ਮਾਰਤੀ ਨਾ ਦੋਵੇਂ ਪਿਓ ਪੁੱਤ ਅੰਦਰ ਹੋ ਜਾਣਗੇ ਸੋਚ ਲਓ ਸਾਡੀ ਤਾਂ ਕਿਸੇ ਨੇ ਜ਼ਮਾਨਤ ਵੀ ਨਹੀਂ ਕਰਾਉਣੀ ਉਹ ਤੋਂ ਆਪ ਫੌਜੀ ਬੈਠਾ ਗਵਾਹੀ ਦੇਣ ਨੂੰ ਆਹੀ ਤਾਂ ਮੈਂ ਕਹਿਣ ਲੱਗਿਆ ਜੀ ਕਰ ਲੈ ਕੋਈ ਹੀਲਾ ਕਰ ਲੈ ਮਨਜੀਤ ਆਜੋ ਥੱਲੇ ਮੈਂ ਬੁਲਾਉਣਾ ਤੁਹਾਡੇ ਰੀਠੇ ਵੀਰ ਜੀ ਨੂੰ ਰੋਟੀ ਤੇ ਕਰਦੇ ਹਾਂ ਕੋਈ ਹੀਲਾ ਭਿੰਡੀਆਂ ਬਣਾਓ ਉਹਨਾਂ ਵਾਸਤੇ ਤੇ ਮੈਂ ਉਹਨਾਂ ਲਈ ਅੰਗਰੇਜ਼ੀ ਦਾਰੂ ਦਾ ਇੰਤਜ਼ਾਮ ਕਰਦਾ ਸੱਚੀ ਆਜੋ 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 ਖੋਲੀ ਉਤਰੀ ਮੋਚ ਨਾਲ ਵੀ ਅਸੀਂ ਅੰਦਰ ਹੋ ਸਕਦੇ ਹਾਂ ਤੁਸੀਂ ਉੱਠ ਜਾਓ ਮੈਂ ਕੱਢ ਦਿੰਦੀ ਜਾਓ ਆਰਾਮ ਕਰੋ ਹੁਣ ਆ ਟਾਈਮ ਤਾਂ ਬਾਈ ਮੁਰਗਾ ਕਿੱਥੋਂ ਮਿਲੂਗਾ ਦੁਕਾਨਾਂ ਵੀ ਨਹੀਂ ਖੁੱਲੀਆਂ ਹੋਣੀਆਂ ਕਈ ਵਾਰੀ ਆਂਢ ਗੁਆਂਢ 'ਚ ਕੋਈ ਦੁਕਾਨ ਖੁੱਲੀ ਹੁੰਦੀ ਹੈ ਮੈਂ ਕਰਦਾ ਹੀਲਾ What happened, Dada ji, T2
इज मिसिंग। ओ जद के आ बोलिया फराटे दा अंग्रेजी वरा पुत बल्ले ओ ज्योति माडला। दादाजी टीटू गुम गया। चपेड़ा ना खाई मेरे कोलो किथे गुम आवा। देख लो खुड्डे जानी। आ फड़ इधर देख जरा। टीटू वीर जी टीटू दी तड़ी होड़ लिया वा। तड़ी तो रहन दो भैन जी, जे को लत लुत बचिया तो यो पा दो प्लेट मां। एक पीस बचा थोड़े कोलो, ए नहीं पता के लत है के बा। मीट भावे थमे ना खावो पर थमे यो तो पता है के मुर्गे के लत ही होवा बहाना होवा। तू भी तो रोज किसे ना किसे दे करे खांदा ही है, तेनू भी पता होना चाहिए है भी मुर्गे दियां दो ही लत्ता हुंदियां ते दो ही तू चुलस गया है, हुण तीजी लत मैं अपनी बढ़ के खवा दां तेनू। करतूतां दा थोड़ियां लत्तां खाण वालियां हैं। साडा टीटू तो नहीं देखिया किते ला देखिया, अज तो खा के भी देख लो बड़ा स्वाद बना था टीटू। टीटू टीटू ना रो बीरे ना रो, कल मैं चलू तेरे नाल टीटू ते फुल तारन नू मैं चलू। कले कले ते एफआईआर कराऊंगा थोड़े ते मैं। किते ते एफआईआर कराएंगा, चक्कन आले ते खाने आले ते। थोड़े पूरे टब्बर ते कराऊंगा बिचे तेरे ते भी नाल ही। मुर्गियां की एफआईआर केड़े थाने में दर्ज होगा। बड़ा अफसर कुछ भी करा सकता है, बकवास मारता है। ताया मैं माफी मांगना सारे वालों, अस्तना जरीठे भीर ने रोटी करी सी अमन की पढ़ाई करके। दरअसल ताया जी अपने अमन का दाखला करवाना ना रीठे भीर जी के स्कूल च, ये कहें कलिया पिंडिया नाल गल नहीं बननी, ताई पापा जी थोड़ा टीटू चक लिया। खाओ 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 चंगा टीटू खाओ। हाँ भाई लंच बॉक्स वाले हो, जवाक नू होर भी कुछ सिखाया है कर रोटी वाले डब्बे नू लंच बॉक्स कहन ते ढाई लख लाता है। आ जा ताया, मैं भी सोची जाना ही बड़े दिन हो गए आए ही नहीं। की हाल है पुत्त? बस ठीक। केड़ी क्लास च हो गया शेर मेरा? चौथी जी जी। अच्छा रख, मैनू भुलेखा ही सी कि पिंड वाले स्कूल खरे पंजवीं च पढ़ता साढ़े गगन नाल, यह मतलब पिंड वाले स्कूल फिर तीजी च पढ़ता होना। ना ना पिंड वाले च पंजवीं च सी। अच्छा वह लानत है थोड़े, वो थोड़ा ताया इतने दगड़ दगड़ तुरै फिर पढ़िया लिखिया अनपढ़ो, मैनू पुछ लेंदे कि पंजवीं तो बाद छेवीं होंदी है ना कि चौथी। शायद तेनू पता नहीं, बाहर दे जवाकां नू महंगे स्कूल वाले पिछली जमात च रखते हैं ताकि नी पक्की होवे। नी नी पक्की होवे। ओ तू जवाक ते लेंटर पाउणा, ओ तू ते टक रहा, तेनू मैं दसा। ओ ताया खरगोश ते कछू घुमे वाली कहानी तो सुनी होनी है। खरगोश जिन्ना मर्जी तेज भज ले जितदा कछू घुमाइया। वो तो जित गया सी पुत्रा, पर तू तो अपने कछू घूमे का बैग गेरी पाता। कोई ना होर दो साल नू पहली च होया लो। ओ ताया सड़ना रीस कर बल्ले हो थोड़े। चल भी थोड़ी मैं रीस करा तो अपना पोतरा छेवी तो तीजी च करा लवा मैं। हाँ पुत्रा टाइम सिर पहुंच स्कूले, आ बैग भावें भुल जी लंच बॉक्स नाल लै जी, भावें दलिया पा के देंदे हूँ। चलो पुत्रा तेन मैं छेवी च छड़ के आऊं, दादा का नाम रोशन करेगा। मंडे पास्ता क्रीमी या टोमेटो, ट्यूसडे ग्रीन सैलेड, वेडनेसडे वेजिटेबल राइस। कमाल है ना, हुण तू स्कूल नू की लेके जाएगा खान नू की नहीं, ए भी तेरे स्कूल वाले दसणगे। ए सारा कुछ बंदे ही खांदे है? हां जी। मंजीत आ पढ़ाई पढ़ूई तक तो ठीक सी, हुण आ निक सुख जिहदा की करांगे? मैनू तो कुछ समझ नहीं आता, आ चीजां दा ना भी मैं पहली बार सुन रही हूँ, हुण इन्हां नू बनाउणा किवें आ? पुत तू करों दो परौंठे वद खा के चल जाएगा। जे मैं आ चीजां ना लेके गया ता मैम गुस्से होणगे। ओ तेरी मां नू ता अजे तक टिंडे तोरियां दाल सब्जी च नूण नहीं पाउणा आया, ए बनाऊगी उपरियां जी चीजां। ओए होए जिंदा रे पुत जिंदा रे, चंगी चंगी अंग्रेजी सिखो, दिल ला के पढ़ो बेटा। आंढ गुआंढ वाली नकली जी अंग्रेजी नहीं सीखनी अपन। अच्छा ढाई लाख रुपया लाया असी, ढाई लाख, चलो शाबाश। आ भी मुक्की बैठ, चलिए फिर स्कूल नू। इन्हां दे लंच बॉक्स दा तो पता नहीं, अज रीठे दा दाना पानी मका देना मैं दुनिया तो। सी यू दादा जी।
ਕੀ ਗੱਲ ਅਜੇ ਪੈਰੀ ਹੱਥ ਲਾਣ ਦੀ ਬਜਾਏ ਹੱਥ ਨੂੰ ਹੱਥ ਲਾ ਕੇ ਤੁਰ ਗਏ? ਇਹਨਾਂ ਨੂੰ ਸਕੂਲ ਵਾਲਿਆਂ ਨੇ ਮਨਾ ਕੀਤਾ ਹੈ। ਕਿਉਂ, ਸਕੂਲ ਵਾਲਿਆਂ ਨੂੰ ਮੇਥੋਂ ਕੋਈ ਤਕਲੀਫ ਹੈ? ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਬਈ 2.5 ਲੱਖ ਰੁਪਈਏ ਮੈਂ ਦਿੱਤੇ ਹੈ? ਪਾਪਾ ਜੀ, ਜੇ ਅੱਜ ਦੇ ਜ਼ਮਾਨੇ 'ਚ ਅੱਗੇ ਵਧਣਾ ਤਾਂ ਪੈਰੀ ਹੱਥ ਲਾਉਣਾ ਛੱਡ ਕੇ ਹੈਲੋ ਹਾਏ ਤੇ ਆਉਣਾ ਪੈਣਾ। ਬੇਟਾ ਜੀ, ਜਿੰਨੇ ਪੈਸੇ ਅਸੀਂ ਸਕੂਲ ਵਾਲਿਆਂ ਨੂੰ ਦਿੱਤੇ ਹੈ ਉਹਨਾਂ ਨੇ ਸਾਡੇ ਪੈਰੀ ਕੀ ਹੱਥ ਲਾਉਣਾ ਸੀ? ਸਾਡਾ ਜਵਾਕ ਵੀ ਪੈਰੀ ਹੱਥ ਲਾਉਣ ਤੋਂ ਹਟਾ ਦਿੱਤਾ। ਆ ਤੁਸੀਂ ਮੈਸਲਾ ਨਿਬੇੜ ਲਓ ਜੀ, ਫਿਰ ਆ ਜਿਓ ਉੱਧਰ, ਮੈਂ ਚੱਲਿਆ ਜੀ ਆਪਣੇ ਖੇਤਾਂ ਨੂੰ। ਮੈਂ ਖੇਤਾਂ ਨੂੰ ਵਾਟਰ ਟੱਚ ਕਰਨ ਚੱਲਿਆ ਜੀ। ਕੀ ਕਰਨ ਚੱਲਿਆ? ਵਾਟਰ ਟੱਚ। ਓਏ, ਤੂੰ ਫਸਲ ਨਾ ਖਰਾਬ ਕਰਦੀ। ਪਾਪਾ ਜੀ, ਉਹ ਅੰਗਰੇਜ਼ੀ ਬੋਲਦੇ ਸੀ। ਇਹ ਫੌਜੀ ਦਾ ਪਰਛਾਵਾਂ ਇਹਨਾਂ ਤੇ ਕਿੱਥੋਂ ਪੈ ਗਿਆ? ਗੱਲ ਕਰਨੀ ਸੀ ਤੇਰੇ ਨਾਲ। ਹਾਂਜੀ। ਅੱਜ ਮੂੰਹ ਨੇਰੇ ਜੇ ਤੇਰੀ ਬੇਬੇ ਦੀ ਆਤਮਾ ਆਈ ਸੀ ਸਾਡੇ ਘਰੇ। ਹੱਦ ਕਰਦੇ ਪਾਪਾ ਜੀ, ਤੁਸੀਂ ਆ ਸਕਦੇ ਨੇ, ਉਹ ਉਹਨਾਂ ਦਾ ਆਪਣਾ ਘਰ ਆ ਜੀ, ਜਦੋਂ ਮਰਜ਼ੀ ਆਉਣ ਜੀ। ਉਹ ਤਾਂ ਜੀ ਸਦਕੇ ਆਵੇ, ਪਰ ਨਾਲ ਇੱਕ ਬੰਦਾ ਲਈ ਫਿਰਦੀ ਸੀ। ਪਾਪਾ ਜੀ, ਕੋਈ ਨਾ, ਤੁਸੀਂ ਦਿਲ ਦੇ ਨਾਲ ਲਓ। ਮਰਨ ਤੋਂ ਬਾਅਦ ਉਹਨਾਂ ਨੇ ਵੀ ਤਾਂ ਕੋਈ ਸਾਥ ਚਾਹੀਦਾ ਨਾ, ਕੱਲੀ ਵਿਚਾਰੀ ਕਿੱਥੇ ਕਿੱਥੇ ਭਟਕਦੀ ਫਿਰੂ। ਇਹ ਵੀ ਠੀਕ ਹੈ, ਪਰ ਬੰਦਾ ਠੀਕ ਹੋਣਾ ਚਾਹੀਦਾ। ਹਾਂ, ਇਹ ਤਾਂ ਝੜੀ ਲੱਗੀ ਲੱਗਦੀ ਹੈ ਜੀ ਅੱਜ, ਇਹ ਨਹੀਂ ਰੁਕਦੀ। ਬਿਜਲੀ ਤੋਂ ਵੀ ਔਖੇ ਹੋਵਾਂਗੇ ਅੱਜ। ਹਾਏ, ਮੇਰੇ ਪੁੱਤ ਨੂੰ ਅਮਰੀਕਾ ਲੈ ਕੇ ਚੱਲੇ ਨੇ। ਹਾਂ ਮੰਮੀ, ਉੱਥੇ ਨਾ ਨਾਸਾ ਨਾਮ ਦੀ ਜਗ੍ਹਾ ਆ। ਹਾਂ, ਜਿੱਥੋਂ ਸਾਇੰਟਿਸਟ ਮੂਨ ਨੂੰ ਜਾਂਦੇ ਆ। ਅੱਛਾ, ਹਾਂ ਦੇਖ ਲਓ ਜੀ, ਆਪਾਂ ਐਵੇਂ ਕਹੀਏ, ਮਹਿੰਗਾ ਸਕੂਲ ਆ, 2.5 ਲੱਖ 'ਚ ਅਮਰੀਕਾ ਵੀ ਲੈ ਕੇ ਚੱਲੇ ਨੇ ਇਹਨੂੰ। ਡੈਡੀ ਆ ਲਓ, ਟਿਕਟਾਂ ਵੀ ਕਰਾਈ ਫਿਰਦੇ ਨੇ। ਨਹੀਂ ਡੈਡੀ, ਜੇ ਅਮਰੀਕਾ ਜਾਣਾ ਹੈ ਨਾ, 3 ਲੱਖ ਹੋਰ ਦੇਣਾ ਪਊ ਸਕੂਲ ਵਾਲਿਆਂ ਨੂੰ। ਤਿੰਨ ਲੱਖ ਪੁੱਤ? ਹਾਂਜੀ। ਬੁੱਗੀ, ਆਪਣੇ ਕੋਲ ਕਿੱਥੇ ਨੇ ਇੰਨੇ ਪੈਸੇ? ਆਪਾਂ ਤਾਂ ਪਹਿਲਾਂ ਵਾਲੇ ਮਸਾਂ ਦਿੱਤੇ ਆ। ਡੈਡੀ, ਮੇਰੇ ਨਾ ਸਕੂਲ ਵਾਲੇ ਦੋਸਤ ਸਾਰੇ ਚੱਲੇ ਆ, ਜੇ ਮੈਂ ਨਾ ਗਿਆ ਤਾਂ ਮੇਰੀ ਪੜ੍ਹਾਈ ਪਿੱਛੇ ਪੈ ਜੂ ਜੀ। ਮੈਂ ਤਾਂ ਕਹਿੰਦੀ ਹਾਂ ਔਖੇ ਸੌਖੇ ਹੋ ਕੇ ਅਮਨ ਨੂੰ ਭੇਜ ਦਿੰਦੇ ਹਾਂ, ਬੱਚੇ ਦੀ ਜ਼ਿੰਦਗੀ ਬਣ ਜੂ। ਹੋਰ ਕਿੰਨੇ ਕੁ ਔਖੇ ਹੋ ਜਾਈਏ। ਮੈਂ ਤਾਂ ਕਹਿੰਦਾ ਜਿਹੜੇ ਦਿੱਤੇ ਆ ਸਕੂਲ ਵਾਲਿਆਂ ਨੂੰ, ਉਹ ਵੀ ਵਾਪਸ ਮੁੜਾ ਲਈਏ। ਇਹਦੀ ਤਾਂ ਪਤਾ ਨਹੀਂ ਜ਼ਿੰਦਗੀ ਪੜ੍ਹੂ ਜਾਂ ਨਾ ਪੜ੍ਹੂ, ਪਰ ਆਪਣੀ ਰੋਲ ਜੋ। ਤੁਸੀਂ ਕਦੋਂ ਐਂ ਬੋਲਦੇ ਹੋ? ਦੇਖ ਲੈਂਦੇ ਇਹਦਾ ਕੀ ਹੱਲ ਕਰਨਾ। ਤੇਰੇ ਕਿੰਨੇ ਬੰਦੇ ਅਮਰੀਕਾ ਜਾਣ ਵਾਲੇ? ਪਹਿਲਾਂ ਇਹ ਦੱਸੋ, ਇੱਕ ਬੰਦੇ ਦੇ ਕਿੰਨੇ ਪੈਸੇ ਲੈਂਦੇ ਅਮਰੀਕਾ ਦੇ? 3.5 ਲੱਖ ਰੁਪਏ। ਜ਼ਿਆਦਾ ਹੈ, ਘੱਟ ਕਰ ਲਓ, ਗਰੀਬ ਜਿਹੇ ਬੰਦੇ ਹੈ। ਫਿਰ ਅਮਰੀਕਾ ਕਾਹਨੂੰ ਜਾਣਾ ਹੈ, ਲਾਂਡਰ ਆ ਜਾਇਆ। 3 ਲੱਖ ਤਾਂ ਸਾਨੂੰ ਘਰੇ ਪੈਂਦਾ, 50,000 ਵੀ ਨਾ ਕਮਾਈਏ ਅਸੀਂ, ਹੈ? ਕੀ ਹੋ ਗਿਆ? ਹਾਏ, ਕਿਤੇ ਪਾਪਾ ਜੀ ਤਾਂ ਨਹੀਂ? ਉਹ ਤਾਂ ਸ਼ੁਭ ਸ਼ੁਭ ਬੋਲ, ਮੇਰੀ ਗੱਲ ਸੁਣੋ, ਆ ਫੜੋ। ਓ ਨਾ ਨਾ, ਓ ਇਹਨੂੰ ਸਾਈ ਸਮਝੋ, ਫੜੋ ਤਾਂ ਸਹੀ, ਪਾਓ ਆਪਣੀ ਜੇਬ 'ਚ। ਮੈਂ ਕਹਿੰਦਾ ਬਸ ਤੁਸੀਂ ਜੇਬ 'ਚ ਪਾਓ, ਜੇਬ 'ਚ। ਆ ਕੀ ਕਰੀ ਜਾਂਦੇ ਹੋ ਜੀ ਤੁਸੀਂ? ਓ, ਅਮਨ ਨੇ ਅਮਰੀਕਾ ਜਾਣਾ ਹੈ ਨਾ, ਤਾਂ ਪੈਸੇ ਇਕੱਠੇ ਕਰ ਰਹੇ ਹਾਂ। ਪਿੰਡ ਵਾਲੇ ਮਦਦ ਕਰ ਰਹੇ ਨੇ ਜੀ ਆਪਣੀ? ਅਸੀਂ ਮਦਦ ਕਰ ਰਹੇ ਹਾਂ ਪਿੰਡ ਵਾਲਿਆਂ ਦੀ। ਅਮਨ ਨੇ ਤਾਂ ਅਮਰੀਕਾ ਜਾਣਾ ਹੀ ਹੈ, 5-6 ਬੰਦੇ ਨਾਲ ਚੱਲ ਜਾਣਗੇ, ਅਮਨ ਦੇ 3 ਲੱਖ ਬਾਹਰੋਂ ਬਾਹਰ ਨਿਕਲ ਆਉਣਗੇ। ਐਂ ਕੌਣ ਕਿਸੇ ਨੂੰ ਭੇਜ ਸਕਦਾ ਜੀ ਅਮਰੀਕਾ? ਹੱਦ ਕਰਦੇ ਹੋ ਤੁਸੀਂ। ਤੁਸੀਂ ਮੇਰੀ ਗੱਲ ਸੁਣੋ, 20-25,000 ਰੁਪਇਆ ਭਾਵੇਂ ਵੱਧ ਲੈ ਲਓ, ਪਰ ਮੈਨੂੰ ਭੇਜ ਦਿਓ ਅਮਰੀਕਾ, ਨਾਲੇ ਭਤੀਜ ਦਾ ਖਿਆਲ ਵੀ ਰੱਖ ਲਓ। ਹਾਂ, ਆ ਲਓ ਭਾਜੀ।
ਸਾਡੇ ਕੋਲ ਪੈਸੇ ਹੋਣਗੇ ਜੀ ਤਾਂ ਅਸੀਂ ਭੇਜ ਲਾਂਗੇ ਸਾਡੇ ਪੁੱਤ ਨੂੰ ਅਮਰੀਕਾ, ਨਹੀਂ ਤਾਂ ਕੋਈ ਨਾ ਜੀ। ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਤਾਏ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ। ਸਿਆਣੇ ਸਹੀ ਕਹਿੰਦੇ ਆ, ਘਰ 'ਚ ਇੱਕ ਪੜ੍ਹਿਆ ਲਿਖਿਆ ਬੰਦਾ ਜ਼ਰੂਰ ਹੋਣਾ ਚਾਹੀਦਾ। ਸਾਰੀ ਦੁਨੀਆ ਕੋ ਪਤਾ ਸੀ, ਚਲੋ ਸ਼ੁਕਰ ਹੈ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਮੈਂ ਪੜ੍ਹਿਆ ਲਿਖਿਆ ਵਾਂ। ਹੁਣ ਮੈਂ ਸਾਰੇ ਪਿੰਡ 'ਚ ਜਾ ਕੇ ਦੱਸੂੰਗਾ ਕਿ ਮੇਰਾ ਭਰਾ ਟੈਂਕ ਚਲਾਉਂਦਾ ਹੁੰਦਾ ਸੀਗਾ। ਪਰ ਇੱਕ ਗੱਲ ਸਮਝ ਨਹੀਂ ਲੱਗੀ ਵੀਰ ਜੀ, ਇਹ ਗੋਭੀ ਚੋਰ ਵਾਲੀ ਗੱਲ ਫਲਾਈ ਕਿਵੇਂ ਸੀ? ਯਾਰ ਤੁਸੀਂ ਸਾਰਾ ਟੱਬਰ ਪਾਗਲ ਹੋ ਗਏ, ਅਨਪੜ੍ਹਾਂ ਦਾ ਟੱਬਰ। ਯਾਰ ਤੁਹਾਨੂੰ ਕਿੰਨੀ ਵਾਰੀ ਦੱਸਿਆ ਮੈਂ, ਸਾਡੇ ਉੱਥੇ ਕੈਂਟ ਦੇ ਵਿੱਚ ਬਾਬੇ ਨਾਥੇ ਸ਼ਾਹ ਦਾ ਭੰਡਾਰਾ ਸੀ, ਤੇ ਮੈਂ ਉੱਥੋਂ ਆਪਣੀ ਆਰਮੀ ਮੈਸ ਦੇ ਵਿੱਚੋਂ ਇੱਕ ਗੋਭੀ ਦੀ ਬੋਰੀ ਚੁੱਕ ਕੇ ਦਾਨ ਕਰ ਦਿੱਤੀ। ਬਸ ਉਦੋਂ ਦਾ ਗੋਭੀ ਚੋਰ ਗੋਭੀ ਚੋਰੀ ਹੋ ਗਿਆ।